ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ, ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਸੰਸਦ ਦੇ ਬਜਟ ਇਜਲਾਸ ਦਾ ਹੋਇਆ ਆਗਾਜ਼, ਲੋਕ ਸਭਾ ਵਿੱਚ ਨੀਟ ਪ੍ਰੀਖਿਆ ਮਾਮਲੇ ਤੇ ਹੰਗਾਮਾ, ਰਾਹੁਲ ਗਾਂਧੀ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਹੋਏ ਆਹਮੋ ਸਾਹਮਣੇ। ਰਾਜ ਸਭਾ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ, ਭਲਕੇ ਬਜਟ ਪੇਸ਼ ਹੋਣ ਦੇ ਇੱਕ ਘੰਟੇ ਬਾਅਦ ਸ਼ੁਰੂ ਹੋਵੇਗੀ ਬੈਠਕ। ਰਾਜ ਸਭਾ ਵਿੱਚ ਆਮ ਵਾਂਗ ਚੱਲੀ ਪ੍ਰਸ਼ਨ ਕਾਲ ਦੀ ਕਾਰਵਾਈ। ਪੰਦਰਾਂ ਅਗਸਤ ਨੂੰ ਟਰੈਕਟਰ ਮਾਰਚ ਕੱਢਣਗੇ ਕਿਸਾਨ। ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕੀਤਾ ਐਲਾਨ, ਨਵੇਂ ਅਪਰਾਧਿਕ ਕਾਨੂੰਨਾਂ ਦੀਆਂ ਕਾਪੀਆਂ ਵੀ ਫੂਕੀਆਂ ਜਾਣਗੀਆਂ। ਤੇ ਹੁਣ ਖਬਰਾਂ ਵਿਸਥਾਰ ਨਾਲ। ਸੰਸਦ ਦੇ ਬਜਟ ਇਜਲਾਸ ਦਾ ਆਗਾਜ਼ ਹੋ ਚੁੱਕਿਆ ਤੇ ਨੀਟ UG ਪੇਪਰ ਲੀਕ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਲੋਕ ਸਭਾ ਵਿੱਚ ਹੰਗਾਮਾ ਕੀਤਾ ਗਿਆ। ਇਸ ਦੌਰਾਨ ਰਾਹੁਲ ਗਾਂਧੀ ਨੇ ਨੀਟ UG ਪੇਪਰ ਦਾ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ਸੰਬੰਧਿਤ ਮੰਤਰੀ ਸਮੱਸਿਆ ਦਾ ਹੱਲ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਲੱਖਾਂ ਵਿਦਿਆਰਥੀ ਇਹ ਜਾਣਨਾ ਚਾਹੁੰਦੇ ਨੇ ਕਿ ਇਸ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਪ੍ਰੀਖਿਆ ਪ੍ਰਣਾਲੀ ਫੇਲ ਹੋ ਚੁੱਕੀ ਹੈ। ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਨੀਟ ਸੰਬੰਧੀ ਕੀਤੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਝੂਠ ਸਿਰਫ ਰੌਲਾ ਪਾਉਣ ਨਾਲ ਸੱਚ ਨਹੀਂ ਹੋ ਜਾਵੇਗਾ। ਉਹਨਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਦਾ ਕਹਿਣਾ ਹੈ ਕਿ ਦੇਸ਼ ਦੀ ਪ੍ਰੀਖਿਆ ਪ੍ਰਣਾਲੀ ਬੇਕਾਰ ਹੈ, ਇਹ ਅੱਤ ਨਿੰਦਣਯੋਗ ਹੈ। ਦ ਇਸ਼ੂ ਇਜ਼ ਦੈਟ ਦੇਰ ਆਰ ਮਿਲੀਅਨਸ ਆਫ ਸਟੂਡੈਂਟਸ ਇਨ ਦਿਸ ਕੰਟਰੀ ਹੂ ਆਰ ਐਕਸਟ੍ਰੀਮਲੀ ਕੰਸਰਨਡ ਐਟ ਵਾਟ ਇਜ਼ ਗੋਇੰਗ ਔਨ ਐਂਡ ਹੂ ਆਰ ਕਨਵਿੰਸਡ ਦੈਟ the Indian examination system is a fraud. That is what is at stake here. Millions of people believe that if you are rich and if you have money, you can buy the Indian examination system. And by the way, and this is the same feeling that the people in the opposition have. And that is why we are asking some very simple questions to Honorable Minister. Number one, as this is a systemic issue, what exactly are you doing to fix this issue at a systemic level? Yes. Chillane se sach jhoot nahi ho jayega sab. Sab ye jo kaha gaya desh ki abhi ki examination system rubbish hai. Sir, isse durbhagyajanak bayan. ਦੇਸ਼ ਕੀ ਨੇਤਾ ਪ੍ਰਤੀਪਕਸ਼ ਕਾ ਕੁਛ ਨਹੀਂ ਹੋ ਸਕਤਾ ਹੈ। ਸਰ, ਮੈਂ ਕੋਠਰ ਸ਼ਬਦ ਚ ਇਸ ਕੋ ਨਿੰਦਾ ਕਰਤਾ ਹੂੰ। ਬਾਕੀ ਰਹਾ, ਮੈਂ ਸਰ ਆਪਕੀ ਸਾਹਮਣੇ, ਆਪਕੀ ਮਾਧਿਅਮ ਸੇ, ਦੇਸ਼ ਕੀ ਸਾਹਮਣੇ, ਸਰ ਇੱਕ ਤੱਥਯ ਰੱਖਤਾ ਹੂੰ। ਸਰ, ਜਿਨ੍ਹੋਂਨੇ ਰਿਮੋਟ ਸੇ ਸਰਕਾਰਨ ਚਲਾਈ ਹੈ, 2010 ਮੇਂ 3 ਬਿਲ ਆਇਆ ਥਾ ਸਰ, ਸਿੱਖਿਆ ਸੁਧਾਰ ਕੇ ਲੀਏ, ਉਨ੍ਹੀਂ ਕੀ ਪਾਰਟੀ ਕੇ ਨੇਤਾ ਆਦਰਣੀਏ ਕਪਿਲ ਸਿੱਬਲ ਸਾਹਿਬ 3 ਬਿਲ ਲਾਏ ਥੇ, ਉਸਮੇ ਸੇ ਇੱਕ ਬਿਲ ਥਾ ਐਜੂਕੇਸ਼ਨ, ਉਸਮੇ ਇੱਕ ਬਿਲ ਥਾ ਪ੍ਰੋਹਿਬਿਸ਼ਨ ਆਫ ਅਨਫੇਅਰ ਪ੍ਰੈਕਟਿਸ ਬਿਲ 2010। ਕਿਆ ਮਜਬੂਰੀ ਥਾ ਕਾਂਗਰਸ ਪਾਰਟੀ ਕੀ, ਕਿਆ ਮਜਬੂਰੀ ਥਾ ਨੇਤਾ ਪ੍ਰਤੀਪਕਸ਼ ਕੀ, ਉਹਨਾਂ ਨੇ ਉਸ ਬਿਲ ਕੋ ਉੱਠ ਰੱਖਿਆ, ਕਿਸ ਕੇ ਦਬਾਅ ਮੇਂ ਉੱਠ ਰੱਖਿਆ। ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਬੋਲਦਿਆਂ ਸੰਸਦ ਮੈਂਬਰ ਅਖਿਲੇਸ਼ ਯਾਦਵ ਨੇ ਕਿਹਾ ਕਿ ਸਰਕਾਰ ਨੇ ਪੇਪਰ ਲੀਕ ਦੇ ਰਿਕਾਰਡ ਬਣਾਏ ਨੇ। ਉਹਨਾਂ ਅੱਗੇ ਕਿਹਾ ਕਿ ਇਹ ਮੰਤਰੀ ਰਹੇ ਤਾਂ ਵਿਦਿਆਰਥੀ ਨੂੰ ਕਦੇ ਵੀ ਨਿਆਂ ਨਹੀਂ ਮਿਲੇਗਾ। ਅਧਿਆਪਕ ਮਹੋਦਯ, ਇਹ ਸਰਕਾਰ ਕਿਸੇ ਔਰ ਕਾ ਰਿਕਾਰਡ ਬਣਾਏ ਨਾ ਬਣਾਏ, ਲੇਕਿਨ ਪੇਪਰ ਲੀਕ ਕਾ ਰਿਕਾਰਡ ਜ਼ਰੂਰ ਇਹ ਸਰਕਾਰ ਬਣਾਏਗੀ।
अध्यक्ष महोदय मुझे इसके बैकग्राउंड में नहीं जाना है कि पूछें। अध्यक्ष महोदय मुझे बैकग्राउंड में नहीं जाना है कि कब कैसे किस संस्था को बनाया गया है। पूरे देश के छात्र इस पर आंदोलित थे, लगातार अखबार और सीबीआई की जांच के बाद चीज़ें सामने आ रही हैं, लोग पकड़े जा रहे हैं, जेल भेजे जा रहे हैं। मैं अध्यक्ष महोदय आपके माध्यम से पूछना चाहता हूँ मंत्री जी से, क्या सेंटर वाइज जिन बच्चों को सबसे ज़्यादा नंबर मिले हैं क्या उसकी सूची जारी करेंगे? 30,000 सीटें जहाँ हैं, कई सेंटर अध्यक्ष महोदय ऐसे हैं जहाँ 2,000-2,500 बच्चे पास हो गए हैं, सरकारी सीटें 30,000 हैं, कई सेंटर में 2,000 से ज़्यादा पास हो गए। Okay. कई प्रदेश के ऐसी जगह हैं जहाँ पर कुछ सेंटर से 650 से ज़्यादा सबसे ज़्यादा नंबर हैं। Okay. और अगर वो संस्था इतनी क्रेडिबल थी तो अध्यक्ष महोदय जिन सेंटर्स पे ये परीक्षा हुई उन सेंटर्स का इंफ्रास्ट्रक्चर क्या था, क्या मंत्री जी ने जानकारी की थी इस बात की? ओके। अध्यक्ष महोदय मेरे आपके माध्यम से एक ही निवेदन है कि बिना ये मंत्री जी रहेंगे तो न्याय नहीं मिलेगा बच्चों को। राज्यसभा की कार्रवाई दोपहर तकरीबन 2:45 से पूरे दिन लिए मुलतवी कर दी गई है। मंगलवार को उच्च सदन की बैठक लोकसभा आम बजट 2024-25 पेश करने की प्रक्रिया पूरी होने के एक घंटे बाद शुरू होगी। उच्च सदन के 265वें सैशन की पहली बैठक राष्ट्रगीत की धुन बजाए जाने शुरू हुई। इस तो बाद स्पीकर जगदीप धनखड़ ने विरोधी धिर के नेता और कांग्रेस के प्रधान मल्लिकार्जुन खड़गे और YSR कांग्रेस मैंबर S निरंजन रेड्डी उनके जन्मदिन पर पूरे सदन वालों बधाई दी। स्पीकर ने वियतनाम के नेता गुएन फू टोंग और सदन के सबका मैंबर P कनन के देहांत जिक्र करदिया उन्होंने पूरे सदन में श्रद्धांजलि दी। सोमवार को जीरो काल दौरान वख-वख दलों के मैंबरों ने सदन में लोक महत्व के कई मुद्दे चुके। इस तो पहला स्पीकर ने सदन में सूचित किया कि उन्होंने कुछ मुद्दों उत्ते नियम 267 के अधीन कई संसद मैंबरों के कार्य मुअत्तल नोटिस मिले ने, पर उन्होंने नियम अनुरूप नहीं होने कारण उन्होंने अस्वीकार किया जाता है। उच्च सदन में सोमवार को प्रश्नकाल भी आम ढंग के नाल चलिया। इस विच मैंबरों ने वख-वख लोक महत्व के मुद्दे चुके और मंत्रियों ने उन्होंने जवाब दिए। संयुक्त किसान मोर्चा गैर सियासी वालों किसान आगू जगजीत सिंह डलेवाल ने प्रैस कॉन्फ्रेंस की, जिस दौरान उन्होंने कहा कि 15 अगस्त को देश भर में किसान ट्रैक्टर मार्च करेंगे। उन्होंने कहा कि किसान MSP की गरंटी उत्ते कानून बनाने की मांग कर रहे हैं। अज कुछ अर्थशास्त्री ने किसान आगुओं के साथ बैठक की, जिस दौरान उन्होंने दसिया कि MSP गरंटी कानून नाल देश उत्ते वित्तीय बोझ नहीं पवेगा, सगों किसान खुशहाल होंगे। उन्होंने कहा कि किसानी मंगा के हक में प्रचार किया जाएगा। जगजीत सिंह डलेवाल ने अगे कहा कि नवे अपराधिक कानूनों की कापियां भी फूकिया जाएंगी। सुप्रीम कोर्ट ने कांवड़ यात्रा मार्ग उत्ते स्थित दुकानों के मालकों के नाम लिखण संबंधी उत्तर प्रदेश और उत्तराखंड सरकार के निर्देश उत्ते अज अंतरिम रोक लगा दी। कोर्ट ने कहा कि दुकानदारों अपना नाम या पछाण दसण की लोड़ नहीं है। सुप्रीम कोर्ट ने अगे कहा कि दुकानदारों बस ये दसण की लोड़ है कि वह किस तरह का खाना बेच रहे हैं। दुकानदारों को यह दसण की लोड़ है कि वह खाना शाकाहारी है या मांसाहारी। इस संबंध में कोर्ट ने उत्तर प्रदेश, उत्तराखंड और मध्य प्रदेश सरकार को नोटिस जारी किया है। नाल ही अदालत ने भी कहा कि जेकर पटिशनकर्ता होर सूबे भी इस शामिल करना चाहते हैं तो उन्होंने सूबे भी नोटिस जारी किया जाएगा। इस मामले में अगली सुनवाई 26 जुलाई में होगी। जिक्रयोग है कि उत्तर प्रदेश के मुख्यमंत्री योगी आदित्यनाथ ने कांवड़ यात्रा तो पहले जरूरी निर्देश जारी किए सन। सरकार मुताबिक सड़क किनारे ठेले समेत हर फूड पदार्थ दुकानों के मालकों
ਆਪਣੇ ਨਾਂ ਦਾ ਬੋਰਡ ਲਗਾਉਣਾ ਜ਼ਰੂਰੀ ਕਰ ਦਿੱਤਾ ਗਿਆ ਸੀ। ਇਸ ਨਿਯਮ ਦੀ ਸ਼ੁਰੂਆਤ ਮੁਜ਼ੱਫਰਨਗਰ ਤੋਂ ਹੋਈ ਸੀ। ਉੱਥੇ ਹੀ ਸਥਾਨਕ ਪ੍ਰਸ਼ਾਸਨ ਨੇ ਕਾਂਵੜ ਯਾਤਰੀਆਂ ਦੇ ਰਸਤੇ ਵਿੱਚ ਪੈਣ ਵਾਲੀਆਂ ਦੁਕਾਨਾਂ ਉੱਤੇ ਉਹਨਾਂ ਦੇ ਮਾਲਕ ਅਤੇ ਸੰਚਾਲਕ ਦੇ ਨਾਂ ਲਿਖਣ ਦੇ ਨਿਰਦੇਸ਼ ਦਿੱਤੇ ਸਨ। ਮੁੱਖ ਮੰਤਰੀ ਨੇ ਹਲਾਲ ਪ੍ਰੋਡਕਟ ਵੇਚਣ ਵਾਲਿਆਂ ਉੱਤੇ ਵੀ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਸੀ। ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਵੀਰ ਸਿੰਘ ਨਿੱਜਰ ਨੇ ਕਿਹਾ ਕਿ ਚੀਫ਼ ਖਾਲਸਾ ਦੀਵਾਨ ਵੱਲੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ 4 ਅਗਸਤ ਨੂੰ ਕਰਵਾਏ ਜਾਣਗੇ। ਇਸ ਮੌਕੇ ਪੰਥ ਪ੍ਰਸਿੱਧ ਕੀਰਤਨੀ ਜਥੇ ਸੰਗਤ ਨੂੰ ਹਰਜਸ ਨਾਲ ਨਿਹਾਲ ਕਰਨਗੇ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਕਥਾ ਵਿਚਾਰ ਕਰਨਗੇ। ਇਸ ਮੌਕੇ ਜਥੇਦਾਰ ਸਾਹਿਬਾਨ ਅਤੇ ਪੰਥ ਪ੍ਰਸਿੱਧ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਪ੍ਰਕਾਸ਼ ਪੁਰਬ ਦਿਹਾੜੇ 'ਤੇ ਹਰ ਸਾਲ ਵਾਂਗੂ ਅਸੀਂ ਇਸ ਸਾਲ ਵੀ ਮਹਾਨ ਕੀਰਤਨ ਦਰਬਾਰ ਕਰਾਂਗੇ। ਔਰ ਜਿਹੜਾ ਜਨਮ ਦਿਹਾੜਾ ਹੈ, ਜਿਹੜਾ ਉਹਨਾਂ ਦਾ ਪ੍ਰਕਾਸ਼ ਪੁਰਬ ਹੈ, ਉਹ ਹੈਗਾ 29 ਜੁਲਾਈ ਨੂੰ। ਅਤੇ ਸਾਡੀ ਇੱਕ ਟ੍ਰੈਡੀਸ਼ਨ ਹੈ ਕਿ ਜਿਹੜਾ ਅਗਲਾ ਐਤਵਾਰ ਹੁੰਦਾ ਸੀ ਉਦੋਂ ਕਰਦੇ ਹਾਂ, ਸੋ ਉਹ 4 ਅਗਸਤ ਨੂੰ ਬਣ ਰਿਹਾ। ਸੋ 4 ਅਗਸਤ ਨੂੰ ਸ਼ਾਮ ਨੂੰ 4 ਵਜੇ ਕੀਰਤਨ ਦਰਬਾਰ ਆਰੰਭ ਹੋਏਗਾ। ਪਹਿਲਾਂ ਜਿਹੜੇ ਸਾਡੇ ਸਕੂਲ ਦੇ ਆਪਣੇ ਬੱਚੇ ਨੇ 2 ਘੰਟੇ ਵਾਸਤੇ, ਉਹਨਾਂ ਦਾ ਕੀਰਤਨ ਹੋਏਗਾ। ਉਹਦੇ ਬਾਅਦ ਜਿਹੜੇ ਜਥੇ ਆਉਣਗੇ ਉਹ ਕੀਰਤਨ ਕਰਨਗੇ, ਔਰ ਵਿੱਚ 1/2 ਘੰਟੇ ਵਾਸਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਵੀ ਕਥਾ ਕਰਨਗੇ। ਸੋ ਬੜਾ ਅੱਛਾ ਪ੍ਰੋਗਰਾਮ ਹੋਣ ਜਾ ਰਿਹਾ, ਔਰ ਮੈਂ ਸਭ ਅੱਗੇ ਇੱਕ ਮੇਰੀ ਜੋਦੜੀ ਹੈ, ਮੇਰੀ ਰਿਕੁਐਸਟ ਹੈ ਕਿ ਸਾਰੇ ਆ ਕੇ ਇੱਥੇ ਔਰ ਕੀਰਤਨ ਦਰਬਾਰ ਅਟੈਂਡ ਕਰਨ, ਔਰ ਇਹਦੀ ਸਾਡੀ ਜਿਹੜੀ ਸ਼ੋਭਾ ਹੈ ਉਸ ਦਿਨ ਦੀ ਉਹਨੂੰ ਵਧਾਉਣ। ਅਸੀਂ ਕਰਾਂਗੇ ਜੀ, ਜਥੇਦਾਰ ਸਾਹਿਬ ਦਾ ਕਰਾਂਗੇ ਵਿਸ਼ੇਸ਼ ਤੌਰ 'ਤੇ, ਔਰ ਸ਼ਾਇਦ ਜਥੇਦਾਰ ਜੀ ਰਘਵੀਰ ਸਿੰਘ ਜੀ ਆਉਣਗੇ ਕੱਲ੍ਹ ਤਖ਼ਤ ਤੋਂ, ਔਰ ਅਨੰਦਪੁਰ ਸਾਹਿਬ ਤੋਂ ਜਥੇਦਾਰ ਸਾਹਿਬ ਆਪਣੇ, ਹਾਂਜੀ। ਸੋ ਇਹ 3 ਆਉਣਗੇ, ਔਰ ਹੋਰ ਸਾਡੇ ਕੋਲ ਹਾਲੇ ਕੋਈ ਬਾਬਾ ਸੇਵਾ ਸਿੰਘ ਜੀ, ਬਾਬਾ ਕਸ਼ਮੀਰਾ ਸਿੰਘ ਜੀ ਪੂਰੀ ਵਾਲੇ, ਇਹ ਸਾਰੇ ਮਹਾਨ ਹਸਤੀਆਂ ਸਾਡੀਆਂ ਪੰਥ ਦੀਆਂ ਇਹਨਾਂ ਕਰਾਂਗੇ। ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਬਟਾਲਾ ਨਜ਼ਦੀਕ ਪੈਂਦੇ ਪਿੰਡ ਸੁੱਖਾ ਚੇੜਾ ਦੀ 21 ਸਾਲਾ ਲੜਕੀ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਸ ਸੰਬੰਧੀ ਮ੍ਰਿਤਕ ਲੜਕੀ ਦੇ ਚਾਚਾ ਗ੍ਰੰਥੀ ਨਰਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਉਹਨਾਂ ਦੀ ਭਤੀਜੀ ਲਖਵਿੰਦਰ ਕੌਰ ਕੋਮਲ, ਜੋ ਕਿ ਕਰੀਬ 10 ਮਹੀਨੇ ਪਹਿਲਾਂ ਹੀ ਕੈਨੇਡਾ ਪੜ੍ਹਾਈ ਕਰਨ ਗਈ ਸੀ। ਉਹਨਾਂ ਦੱਸਿਆ ਕਿ ਛੁੱਟੀਆਂ ਹੋਣ ਕਾਰਨ ਕਾਰ ਉੱਤੇ ਸਵਾਰ ਹੋ ਕੇ ਉਹ ਕੰਮ ਤੋਂ ਘਰ ਵਾਪਸ ਆ ਰਹੀ ਸੀ। ਜਿਸ ਗੱਡੀ ਉੱਤੇ ਉਹ ਸਵਾਰ ਸੀ ਉਹ ਕੰਟਰੋਲ ਤੋਂ ਬਾਹਰ ਹੋ ਕੇ ਦਰਖਤਾਂ ਨਾਲ ਝੱਟ ਕਰਾਈ, ਜਿਸ ਕਾਰਨ ਲਖਵਿੰਦਰ ਕੌਰ ਕੋਮਲ ਸਮੇਤ 3 ਹੋਰ ਲੜਕੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਕਾਰ ਚਾਲਕ ਅਤੇ ਇੱਕ ਹੋਰ ਲੜਕੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਮੰਦਭਾਗੀ ਘਟਨਾ ਦਾ ਜਦ ਪਤਾ ਲੱਗਿਆ ਤਾਂ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਉਹਨਾਂ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਜੋ ਸਾਡੇ ਪਰਿਵਾਰ ਦੇ ਨਾਲ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਜੀ, ਮੇਰੀ ਭਤੀਜੀ ਲਖਵਿੰਦਰ ਕੌਰ ਕੋਮਲ, ਜੋ ਕਿ ਪਿਛਲੇ ਸਾਲ 2023 ਦੇ ਵਿੱਚ ਸਤੰਬਰ ਅਨਟੇਕ ਦੇ ਵਿੱਚ ਅਗਸਤ ਦੀ 30 ਤਰੀਕ ਨੂੰ ਇੱਥੋਂ ਆਪਾਂ ਕੈਨੇਡਾ ਘੱਲੀ, ਜਿਹਦੀ ਸਟੱਡੀ ਚੱਲ ਰਹੀ ਸੀ, ਜਿਹਦੇ ਵਿੱਚ ਉਹਨੂੰ 4 ਮਹੀਨੇ ਦੀਆਂ ਵਿੱਚ ਛੁੱਟੀਆਂ ਪੈ ਗਈਆਂ। 4 ਮਹੀਨੇ ਦੀਆਂ ਛੁੱਟੀਆਂ ਪੈਣ ਦੇ ਵਿੱਚ ਉਹਨਾਂ ਨੇ ਕੁਝ ਲਾਭ ਲੈਣਾ ਕੀਤਾ ਕਿ ਕੁਝ ਕੰਮ ਮਿਲ ਜਾਵੇ, ਅਤੇ 1 ਮਹੀਨਾ ਪਹਿਲਾਂ ਉਹਨੂੰ ਕੰਮ ਮਿਲਿਆ ਹੈ, ਅਤੇ ਕੰਮ 'ਤੇ ਰੋਜ਼ ਸਵੇਰੇ ਜਾਂਦੀ ਹੈ ਅਤੇ ਸ਼ਾਮਾਂ ਨੂੰ ਘਰ ਆ ਜਾਂਦੀ ਹੈ। ਇਸੇ ਤਰ੍ਹਾਂ ਆਪਣੇ ਹੋਰ ਲੜਕੀਆਂ ਦੇ ਨਾਲ ਉਹ ਕੱਲ੍ਹ ਕੰਮ 'ਤੇ ਗਈ ਹੈ, ਅਤੇ ਜਦੋਂ ਵਾਪਸ ਆ ਰਹੀ ਹੈ, ਜਿਸ ਕਾਰ ਦੇ ਵਿੱਚ ਉਹ ਵਾਪਸ ਆ ਰਹੇ ਹਨ, ਉਹਦੇ ਵਿੱਚ ਹੋਰ 2 ਨੌਜਵਾਨ ਹੋਰ ਉਹਨਾਂ ਦੇ ਨਾਲ, ਇੱਕ ਡਰਾਈਵਰੀ ਕਰ ਰਿਹਾ ਹੈ, ਇੱਕ ਕੰਡਕਟਰ ਸੀਟ 'ਤੇ ਬੈਠਾ ਹੈ।
ਇਹ ਤਿੰਨ ਗੁੱਡੀਆਂ ਜਿਨ੍ਹਾਂ ਦੇ ਵਿੱਚ ਮੇਰੀ ਭਤੀਜੀ ਵੀ ਜਿਹੜੀ ਹੈ ਮਗਰਲੀ ਸੀਟ 'ਤੇ ਬੈਠੀ ਹੋਈ ਹੈ। ਅਚਾਨਕ ਇਹਨਾਂ ਦੇ ਕੋਈ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਗੱਡੀ ਕਿਸੇ ਦਰਖਤ ਦੇ ਵਿੱਚ ਜਾ ਟਕਰਾਉਂਦੀ ਹੈ, ਜਿਸ ਦੇ ਕਾਰਨ ਕਰਕੇ ਮੇਰੀ ਭਤੀਜੀ ਸਮੇਤ ਦੋਵੇਂ ਗੁੱਡੀਆਂ ਜਿਹੜੀਆਂ ਮਗਰ ਵਹੀਆਂ ਸੀਟਾਂ ਦੇ ਉੱਤੇ ਉਹ ਕਾਲ ਚਲਾਣਾ ਕਰ ਜਾਂਦੀਆਂ, ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ ਤਾਂ ਡਰਾਈਵਰ ਨੂੰ ਵੀ ਗੰਭੀਰ ਸੱਟਾਂ ਲੱਗ ਜਾਂਦੀਆਂ ਅਤੇ ਨਾਲ ਬੈਠੇ ਕੰਡਕਟਰ ਸੀਟ 'ਤੇ ਵੀ ਜਿਹੜਾ ਲੜਕਾ ਹੈ ਉਹਨੂੰ ਵੀ ਬਹੁਤ ਗੰਭੀਰ ਸੱਟਾਂ ਲੱਗੀਆਂ, ਜਿਹੜਾ ਕਿ ਅਜੇ ਹੋਸ਼ ਦੇ ਵਿੱਚ ਨਹੀਂ ਆਇਆ। ਸਾਨੂੰ ਉੱਥੋਂ ਸਾਰੀਆਂ ਖਬਰਾਂ ਜਿਹੜੀਆਂ ਫੋਨ ਰਾਹੀਂ ਮਿਲ ਰਹੀਆਂ ਹਨ। ਸੋ ਸਾਡੇ ਪਰਿਵਾਰ ਦੇ ਨਾਲ ਬਹੁਤ ਵੱਡਾ ਜਿਹੜਾ ਹੈ ਨਾ ਉਹ ਮਾੜਾ ਹੋਇਆ ਹੈ। ਬੁਢਲਾਡਾ ਦੇ ਨੇੜਲੇ ਪਿੰਡ ਫੁੱਲੂਵਾਲਾ ਡੋਗਰਾ ਵਿੱਚ ਘਰ ਦੇ ਬਾਹਰ ਸੁੱਤੇ ਪਏ 56 ਸਾਲਾ ਵਿਅਕਤੀ ਦਾ ਭੇਤ ਭਰੀ ਹਾਲਤ ਵਿੱਚ ਕਤਲ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਹਿਚਾਣ ਲਾਲ ਸਿੰਘ ਪੁੱਤਰ ਸਾਧੂ ਸਿੰਘ ਵਜੋਂ ਹੋਈ ਹੈ, ਜੋ ਕਿ LIC ਦਫ਼ਤਰ ਜਗਰਾਓਂ ਵਿਖੇ ਬਤੌਰ ਕੈਸ਼ੀਅਰ ਸੇਵਾਵਾਂ ਨਿਭਾਉਂਦਾ ਸੀ ਅਤੇ ਉਸਨੇ ਇਸੇ ਮਹੀਨੇ 31 ਜੁਲਾਈ ਨੂੰ ਸੇਵਾ ਮੁਕਤ ਹੋਣਾ ਸੀ। ਜਦ ਲੰਘੀ ਰਾਤ ਨੂੰ ਸੁੱਤਾ ਪਿਆ ਸੀ ਤਾਂ ਉਸਦਾ ਕਤਲ ਹੋ ਗਿਆ। ਇਸ ਬਾਰੇ ਪਤਾ ਲੱਗਣ 'ਤੇ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ, ਜਿਨ੍ਹਾਂ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅੱਜ ਸਾਨੂੰ ਸਵੇਰੇ ਸੂਚਨਾ ਮਿਲੀ ਸੀ ਫੁੱਲੂਆ ਡੋਗਰਾ ਵਿੱਚ ਲਾਭ ਸਿੰਘ ਹੈਗੇ ਆ, ਉਹਨਾਂ ਦਾ ਕਿਸੇ ਵਿਅਕਤੀਆਂ ਨੇ ਤੇਜ਼ ਹਥਿਆਰ ਉਹਨਾਂ ਦਾ ਕਤਲ ਕਰਤਾ ਅਤੇ ਮੌਕੇ 'ਤੇ ਜਾ ਕੇ ਅਸੀਂ ਸ਼ਾਮਿਲ ਕੀਤੀ ਹੈ। ਉੱਥੇ ਜਾ ਕੇ ਉਸਦੇ ਬੇਟੇ ਦੇ ਬਿਆਨ ਦੇ ਉੱਪਰ FIR ਨੰਬਰ 162 ਅੰਡਰ ਸੈਕਸ਼ਨ 103 BNS ਅਤੇ 3-5 BNS ਦੇ ਅੰਦਰ ਨਾਮ ਵੱਲੋਂ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰਕੇ ਤਬਦੀਲ ਸ਼ੁਰੂ ਕੀਤੀ ਹੈ, ਜੋ ਇਹ ਪੁਲਿਸ ਨੇ ਆਪਣੇ ਟੀਮਾਂ ਬਣਾ ਕੇ ਵੱਖਰੇ ਵੱਖਰੇ ਜਿਹੜੇ ਪਹਿਲੂਆਂ 'ਤੇ ਇਸ ਤਬਦੀਲ 'ਚ ਗੌਰ ਕਰ ਰਹੀ ਹੈ। ਪੁਲਿਸ ਕਮਿਸ਼ਨਰ ਜਲੰਧਰ ਸਵਪਨ ਸ਼ਰਮਾ ਦੀ ਅਗਵਾਈ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਹਵਾਲਾ ਕਾਰੋਬਾਰ ਵਿੱਚ ਸ਼ਾਮਲ ਇੱਕ ਗਰੋਹ ਦਾ ਪਰਦਾਫਾਸ਼ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ $3,100 ਸਮੇਤ $3 ਕਰੋੜ ਰੁਪਏ ਬਰਾਮਦ ਕੀਤੇ ਨੇ। ਜਾਣਕਾਰੀ ਦਿੰਦਿਆਂ ਜਲੰਧਰ ਦੇ ਜੁਆਇੰਟ CP ਸੰਦੀਪ ਕੁਮਾਰ ਸ਼ਰਮਾ ਨੇ ਕਿਹਾ ਕਿ ਖੁਫੀਆ ਸੂਚਨਾ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਟੀਮ ਨੇ ਚੈਕਿੰਗ ਲਈ ਇੱਕ ਕਰੇਟਾ ਕਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ $2,93,00,000 ਰੁਪਏ ਦੀ ਭਾਰਤੀ ਕਰੰਸੀ ਅਤੇ $3,100 ਬਰਾਮਦ ਕੀਤੇ ਗਏ। ਉਹਨੇ ਕਿਹਾ ਕਿ ਪੁਨੀਤ ਸੂਦ ਉਰਫ ਗਾਂਧੀ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ ਅਤੇ ਮਾਮਲੇ ਦੀ ਹੋਰ ਪੜਤਾਲ ਕੀਤੀ ਜਾ ਰਹੀ ਹੈ। ਕਮਿਸ਼ਨਰ ਸਾਹਿਬ ਜਲੰਧਰ ਦੀ ਰਹਿਨੁਮਾਈ ਹੇਠ ਜਲੰਧਰ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ, ਜਿਸ ਦੇ ਵਿੱਚ $2,93,00,000 ਪਲੱਸ ਇੰਡੀਅਨ ਕਰੰਸੀ ਔਰ $3,100 ਜਿਹੜੇ ਨੇ ਉਹ ਇੱਕ ਬੰਦੇ ਨੂੰ ਰਿਕਵਰ ਕੀਤੇ ਹੈ, ਜਿਹੜਾ ਕਿ ਪੁਨੀਤ ਸੂਦ ਹੈ, ਉਹ ਹੁਸ਼ਿਆਰਪੁਰ ਦਾ ਰਹਿਣ ਵਾਲਾ, ਉਹਦੀ ਉਮਰ ਕਰੀਬ 50 ਸਾਲ ਦੀ ਹੈ। ਅਤੇ ਸਰ ਇਹ ਕਿੱਥੋਂ ਲੈ ਕੇ ਆਇਆ ਸੀਗਾ? ਇਹ ਜੀ ਦਿੱਲੀ ਤੋਂ ਪੈਸਾ ਆਇਆ ਜੀ, ਲੇਕਿਨ ਇਸਨੇ ਕੋਈ ਬੱਸ ਦੇ ਵਿੱਚ ਆ ਰਿਹਾ ਸੀ ਜਿੱਥੋਂ ਇਹਨੇ ਆਪਣੇ ਰਿਸੀਵ ਕਰਕੇ ਆਪਣੀ ਗੱਡੀ 'ਚ ਰੱਖਿਆ ਸੀ, ਜਿੱਥੋਂ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ, ਇਨਪੁੱਟ ਮਿਲੀ ਸੀ ਉੱਥੇ, FIR ਲਾਂਚ ਕਰਕੇ ਇਹਨੂੰ ਜਦੋਂ ਰੋਕਿਆ ਚੈੱਕ ਕੀਤਾ ਇਹਦੇ ਕੋਈ ਰਿਕਵਰੀ ਹੋਈ ਸੀ। ਪੀਣ ਵਾਲੇ ਪਾਣੀ ਦੀ ਸਹੂਲਤ ਨਾ ਮਿਲਣ ਕਾਰਨ ਬਿਆਸ ਵਿੱਚ ਲੋਕਾਂ ਨੇ ਪ੍ਰਸ਼ਾਸਨ ਦੇ ਖਿਲਾਫ਼ ਰੋਸ ਵਿਖਾਵਾ ਕੀਤਾ। ਇੰਨਾ ਹੀ ਨਹੀਂ, 3 ਨੌਜਵਾਨਾਂ ਵੱਲੋਂ ਬਿਆਸ ਵਿੱਚ ਪਾਣੀ ਦੀ ਟੈਂਕੀ ਉੱਤੇ ਚੜ੍ਹ ਕੇ ਪ੍ਰਸ਼ਾਸਨ ਦੇ ਖਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ ਗਈ ਅਤੇ ਭੁੱਖ ਹੜਤਾਲ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਬਿਆਸ ਦੇ ਵਿੱਚ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਹੂਲਤ ਸਥਾਨਕ ਲੋਕਾਂ ਨੂੰ ਨਹੀਂ ਮਿਲ ਰਹੀ, ਜਿਸ ਦੇ ਸੰਬੰਧੀ ਉਹਨਾਂ ਵੱਲੋਂ ਵੱਖ ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਬਿਆਸ ਵਿੱਚ ਪਾਣੀ ਵਾਲੀ ਟੈਂਕੀ ਤੋਂ ਪੀਣ ਵਾਲਾ ਪਾਣੀ ਛੱਡਣ ਦੀ ਅਪੀਲ ਕੀਤੀ ਜਾਂਦੀ ਰਹੀ, ਪਰ ਕਿਸੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ। ਉੱਧਰ ਮੌਕੇ 'ਤੇ ਪਹੁੰਚੇ BDPO ਰਈਆ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ, ਕੁਝ ਤਕਨੀਕੀ ਸਮੱਸਿਆ ਦੇ ਕਾਰਨ ਇਹ ਦੇਰੀ ਹੋਈ ਹੈ। ਉਹਨਾਂ ਕਿਹਾ ਕਿ ਜਲਦ ਹੀ ਇਸ ਦਾ ਹੱਲ ਕੱਢਿਆ ਜਾਵੇਗਾ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦੇ ਹੁੰਦੇ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ 'ਤੇ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।